ਇਦਾਂ ਹੀ ਇੱਕ ਕਿੱਸਾ ਬੜਾ ਪਪੂਲਰ ਤੁਹਾਡਾ ਦੋਸਤਾਂ ਚ ਹੈ ਪਬਲਿਸ਼ ਤਾਂ ਨਹੀਂ ਭਈ ਅਮਿਤਾਬਚਨ ਸਾਹਿਬ ਨੇ ਤੁਹਾਨੂੰ ਮੱਠੀਆਂ ਬੰਨ ਕੇ ਦਿੱਤੀਆਂ ਸੀ ਨਾਲ ਜਿੱਦਾਂ ਸਿਆਣੇ ਦਿੰਦੇ ਹੁੰਦੇ ਇਹਨੂੰ ਮੱਠੀਆਂ ਦੇ ਉਹ ਪੈਕ ਕਰਕੇ ਅਸੀਂ ਬਚਨ ਸਾਹਿਬ ਦੇ ਘਰੇ ਗਏ ਜਦੋਂ ਸਭ ਤੋਂ ਪਹਿਲੀ ਵਾਰੀ ਉਹਨਾਂ ਨਾਲ ਸ਼ੂਟ ਕਰਨਾ ਸੀਗਾ ਤੇ ਉਹਨਾਂ ਨੇ ਬੁਲਾਇਆ ਘਰੇ ਅੱਛਾ ਮੈਂ ਉਹਨਾਂ ਦੇ ਦੋ ਹੀ ਬੰਗਲੇ ਪਤਾ ਸੀਗੇ ਇੱਕ ਜਲਸਾ ਤੇ ਦੂਸਰਾ ਸਾਨੂੰ ਅਜੇ ਤਾਂ ਦੋ ਹੀ ਪਤਾ ਨੇ ਮੈਂ ਤੀਜੇ ਚ ਗਿਆ ਭਾਜੀ ਉਹ ਵੀ ਉਹਨਾਂ ਦਾ ਸੀਗਾ ਤੇ ਮੈਂ ਬੜਾ ਹੈਰਾਨ ਤੇ ਜਦੋਂ ਅਸੀਂ ਬਚਨ ਸਾਹਿਬ ਨਾਲ ਡਿਸਕਸ ਕਰ ਰਹੇ ਸੀਗੇ ਬਾਅਦ ਚ ਮੱਠੀਆਂ ਪਈਆਂ ਸੀ ਮੈਂ ਇੱਕ ਮਾੜੀ ਜੀ ਖਾਧੀ ਵੱਡਾ ਬੰਦਾ ਨਾ ਡਰ ਵੀ ਲੱਗਦਾ ਗੱਲ ਕਰ ਲਓ ਤੇ ਮੈਨੂੰ ਹੋਰ ਤੇ ਕੋਈ ਗੱਲ ਆਵੇ ਨਾ ਮੈਂ ਕਿਹਾ ਜੀ ਮਠੀਆਂ ਬੜੀਆਂ ਸਵਾਦ ਹੈ ਜੀ ਤੁਹਾਡੀਆਂ ਤੋਂ ਸੀਰੀਅਸ ਲੈ ਗਏ ਉਸ ਗੱਲ ਨੂੰ ਵੀ ਕੋਈ ਨਹੀਂ ਕਹਿੰਦੇ ਇੱਕ ਪੈਕੇਟ ਨੂੰ ਕੋ ਪੈ ਕਰਵਾ ਦਿਜੀਏਗਾ ਮਠੀਆਂ ਭਾਜੀ ਲੈ ਕੇ ਮੈਂ ਤੇ ਖਾਧੀਆਂ ਇਹ ਨਾ ਹਫਤਾ ਤੱਕ ਮੈਂ ਕਿਹਾ ਵੀ ਬਚਨ ਸਾਹਿਬ ਨੇ ਦਿੱਤੀਆਂ ਫਿਰ ਮੈਂ ਖਾ ਲੀਆਂ ਬਾਅਦ ਚ ਮੈਂ ਕਿਹਾ ਵੀ ਉਲੀ ਲੱਗ ਜਾਨੀ ਪਈਆਂ ਪਈਆਂ ਨੂੰ ਕੋਈ ਨਹੀਂ ਇਹ ਕਿੱਸਾ ਯਾਦ ਤੇ ਰਹੂਗਾ ਪਰ ਸਾਰੀ ਉਮਰ ਕਿਉਂਕਿ ਜਿਨ੍ਹਾਂ ਨੂੰ ਅਸੀਂ ਐਡਮਾਇਰ ਕਰਦੇ ਰਹੇ ਹਾਂ ਜਿਨ੍ਹਾਂ ਨੂੰ ਵੇਖ ਕੇ ਜਿਨ੍ਹਾਂ ਦੀਆਂ ਫਿਲਮਾਂ ਵੇਖ ਕੇ ਵੱਡੇ ਹੋਏ ਆਂ ਤੇ ਜਦੋਂ ਉਹਨਾਂ ਨੂੰ ਮਿਲਦੇ ਹਾਂ ਅਸੀਂ ਪਹਿਲੀ ਵਾਰ ਮਜਾ ਤੇ ਹੁੰਦਾ ਇਹ ਬਹੁਤ ਜ਼ਿਆਦਾ ਵਿਸ਼ਵਾਸ ਨੇ ਅੰਦਰ ਆਪਣੀ ਕਿਸਮਤ 'ਚ ਬੜਿਆਂ ਨੂੰ ਅੱਜ ਇਸ ਗੱਲ ਦੀ ਹੈਰਾਨੀ ਹੋਏਗੀ ਕਿ ਰਣਜੀਤ ਉਹਨਾਂ ਦਾ ਅਸਲੀ ਨਾਮ ਰਣਜੀਤ ਨਹੀਂ ਹੈ ਇਹਨਾਂ ਦਾ ਅਸਲੀ ਨਾਮ ਸੀ ਗੋਪਾਲ 베ਦੀ ਮਾਪਿਓ ਨੇ ਨਾਂ ਰੱਖਿਆ ਹੀ ਮੇਰਾ ਗੋਪਾਲ ਅੰਮ੍ਰਿਤਸਰ ਤੋਂ ਮੈਂ ਦਿੱਲੀ ਚਲੇ ਗਏ ਦਿੱਲੀੋਂ ਫਿਰ ਅਸੀਂ ਬੰਬਈ ਆ ਗਏ ਤਾਂ ਬੰਬਈ ਆ ਕੇ ਸੁਨੀਲ ਦਾ ਸਾਹਮਣੇ ਮੇਰਾ ਨਾਂ ਰਖ ਦਿੱਤਾ ਗੋਪਾਲ ਤੋਂ ਰਣਜੀਤ ਕਹਿੰਦਾ ਗੋਪਾਲ ਤੋਂ ਲੱਗਦਾ ਯਾਰ ਢਿਲਾ ਜਿਹਾ ਨਾ ਲੱਗਦਾ ਇਹ ਤਰ੍ਹਾਂ ਫਿਲਮੀ ਨਾਮ ਮੈਂ ਥੋੜੀ ਜੀ ਇਨਾ ਨਾਂ ਰੱਖਿਆ ਰੰਜੀਤ ਸੁਨੀਲ ਦਾ ਸਾਹਮਣੇ ਹਾਂ ਜੀ ਮੇਰਾ ਅਸਲੀ ਨਾਂ ਸੁਨੀਲ ਕਪੂਰ ਮੁੰਨੂ ਨਾਂ ਦਿੱਤਾ ਸ਼ਕਤੀ ਕਿਨੇ ਸੁਨੀਲ ਦਾ ਸਾਹਮਣੇ ਔਰ ਮੈਂ ਤਾਂ ਇਹਨਾਂ ਦੇ ਚੰਨਾ ਵਿੱਚ ਹੀ ਵੱਡਾ ਹੋਇਆ ਬਿਗੇਸਟ ਫੈਨ ਸੋ ਭਾਜੀ ਜਦੋਂ ਇਹਨੇ ਮੈਨੂੰ ਪ੍ਰਪੋਜ਼ ਕੀਤਾ ਬਾਅਦ ਚ 1.5 ਮਹੀਨੇ ਬਾਅਦ ਸਾਡੀ ਇੱਕ ਪਾਰਟੀ ਸੀ ਤੇ ਇਹਨੇ ਕਿਹਾ ਕਿ ਮੈਂ ਵਿਆਹ ਕਰਾਣਾ ਹੈ ਤੋ ਜੇ ਤੋ ਵਿਆਹ ਕਰਾਣਾ ਤੇ ਮੈਂ ਵੇਖਿਆ ਮੈਂ ਕਿਹਾ મતਲਬ ਇਹ ਮੈਨੂੰ ਨਾ ਮੈਂ ਇੰਨਾ ਮੇਕਅਪ ਕਰਦੀ ਨਾ ਮੈਨੂੰ ਤਿਆਰ ਹੋਣਾ ਆਉਂਦਾ ਕਿਉਂਕਿ ਮੈਂ ਪੰਜਾਬ ਤੋਂ ਆਈ ਸੀ ਫਿਰ ਮੈਂ ਜਦੋਂ ਇਹੇ ਵੱਲ ਵੇਖਿਆ ਇਹਨੂੰ ਵੀ ਆਣਕ ਲੱਗੀ ਹੋਈ ਸੀ ਇਹ ਵੀ ਪਤਲਾ ਸੀ ਤੇ ਮੈਂ ਕਿਹਾ ਚਲੋ ਸਾ ਬਰਾਬਰ ਮੈਂ ਕਿਹਾ ਕੋਈ ਕਿਸੇ ਨੂੰ ਕੁਝ ਨਹੀਂ ਕਹੇਗਾ ਕਿ ਤੂੰ ਮੋਟੀ ਤੇ ਮੈਨੂੰ ਤੈਨੂੰ ਵੀ ਤਿਆਰ ਕਾ ਲੱਗੀ ਐ ਅਜਿਹਾ ਵਿਆਹ ਦੀ ਗੱਲ ਹੋਈ ਤੇ ਮੈਂ ਫਿਰ ਹਾਂ ਕਰਤੀ ਕਿਉਂਕਿ ਮੈਂ ਸਿੱਧਾ ਵਿਆਹ ਹੀ ਕਰਾਣਾ ਚਾਹਦੀ ਸੀ ਮੈਂ ਉਹਨਾਂ ਕੁੜੀਆਂ ਵਾਂਗ ਨਹੀਂ ਕਿ ਟਾਈਮ ਪਾਸ ਕਰੀਏ ਇਹ ਉਹ ਔਰ ਬਹੁਤ ਜ਼ਿਆਦਾ ਮਿਹਨਤੀ ਸੀ ਉਦੋਂ ਸੀ ਕਿ ਹੁਣ ਵੀ ਹੈਗਾ ਮਤਲਬ ਹੁਣ ਵੀ ਹੁਣ ਵੀ ਬਾਜੀ ਅੱਛਾ ਹੁਣ ਵੀ ਬਹੁਤ ਮਿਹਨਤੀ ਹੈ ਸਵੇਰੇ ਉੱਠ ਜਾਂਦੇ ਦੁੱਧ ਲੈਂਦੇ ਆ ਪੂਰਾ ਪੋਚਾ ਝਾੜੂ ਪੋਦਿਆਂ ਨੂੰ ਪਾਣੀ ਦੇਣਾ ਕੱਪੜੇ ਤੋੜੇ ਫਿਰ ਕੱਪੜੇ ਸੁਕਾਉਣ ਤੋਂ ਬਾਅਦ ਮੈਨੂੰ ਠੰਡਾ ਕਿ ਹੁਣ ਉੱਠ ਜਾਓ ਮਚਾ ਬਣਾਉਣ ਲੱਗਾ ਦੇ ਪਰ ਜੇ ਹੁਣ ਕੋਈ ਕੰਮ ਨਹੀਂ ਹੈਗਾ ਬਾਕੀ ਨਹੀਂ ਨਹੀਂ ਮੈਂ ਬੜੀ ਲੱਕੀਆ ਬਾਜੀ ਕਿ ਮੈਨੂੰ ਬੜਾ ਅੱਛਾ ਹਸਬੰਦ ਮਿਲਿਆ ਆਈ ਮਸਟ ਸੇ you are the luckiest one she is lucky but you are the luckiest one ਇਹਨਾਂ ਦੇ ਘਰ ਦੀ ਮੈਂ ਇੱਕ ਗੱਲ ਦੱਸਣੀ ਹੈ ਹਾਂਜੀ ਮੇਰੇ ਬੇਟੇ ਦੀ ਸ਼ਾਦੀ ਸੀ ਹੂੰ ਪਰਮਾਤਮਾ ਦੀ ਕਿਰਪਾ ਹੋਈਏ ਬੇਟੇ ਦੀ ਸ਼ਾਦੀ ਹੋ ਗਈ ਹੈ ਵਾਹ ਤੇ ਮੈਂ ਕਾਰਡ ਦੇਣ ਵਾਸਤੇ ਗਿਆ ਘਰ ਇਹ ਤੇ ਬੰਬੇ ਸੀ ਤੇ ਅੱਛਾ ਨਹੀਂ ਪਹਿਲੇ ਡੈਡੀ ਦੀ ਭੂਮਿਕਾ ਬਣਾਓ ਡੈਡੀ ਕਿੰਨਾ ਕਿਸ ਬਾ ਉਹ ਦਿੰਦੇ ਉਹ ਇੱਕ ਹੀ ਲਿਆ ਕੇ ਨਹੀਂ ਡੈਡੀ ਦਾ ਸੁਭਾਅ ਮੇਰੇ ਇਸ ਤਰ੍ਹਾਂ ਦਾ ਕਿ ਬੜੇ ਸਟ੍ਰੇਟ ਫਾਰਵਰਡ ਨੇ ਜੋ ਉਹਨਾਂ ਨੇ ਗੱਲ ਕਹਿਣੀ ਆ ਉਹ ਸਿੱਧੇ ਮੂੰਹ ਤੇ ਕਹਿ ਦੇਣੀ ਆ ਜਿਹੜੀ ਗੱਲ ਉਹਨਾਂ ਦੇ ਦਿਲ 'ਚ ਹੈਗੀ ਆ ਅੱਗੇ ਗੱਲ ਸੁਣਾਓ ਜੀ ਤੇ ਮੈਂ ਕਾਰ ਦੇ ਨੇ ਗਿਆ ਆਪਣੀ ਫੈਮਿਲੀ ਨਾਲ ਮੈਂ ਕਾਰ ਦੇ ਤਾਂ ਕਹਿੰਦੇ ਆਜੋ ਤੇ ਅੰਦਰ ਗਏ ਆ ਹਾਸੇ ਨਾਲ ਹੀ ਘਾਟੀ ਨਹੀਂ ਉਹ ਹੋਰ ਤੇ ਦੇ ਮੈਂ ਕਿਹਾ ਕਾਰ ਇਹ ਉਹ ਸਭ ਇਦਾਂ بیٹے ਦਾ ਵਿਆਹ ਹੈਗਾ ਤੇ ਕਹਿੰਦੇ ਦੇਜੋ ਪਰ ਅਸੀਂ ਆਣਾ ਨਹੀਂ ਅੱਛਾ ਮੈਂ ਕਹਿੰਦਾ ਇਹ ਤੇ ਮੇਰੇ ਰਿਸ਼ਤੇਦਾਰ ਵੀ ਨਹੀਂ ਹੈਗੇ ਤੇ ਲੜਾਈ ਕਰਦੀ ਤੇ ਰਿਸ਼ਤੇਦਾਰ ਵੀ ਨਹੀਂ ਹੈਗੇ ਸਾਢਾ ਘਾ ਦਾ ਕੋਈ ਪ੍ਰੋਬਲਮ ਹੀ ਨਹੀਂ ਇਹਨਾਂ ਦਾ ਤੇ ਮੁੰਡਾ ਆਪਣਾ ਇੰਨਾ ਵੱਡਾ ਕਹਿੰਦੇ ਮੈਂ ਕਿਹਾ ਕਿਉਂ ਨਹੀਂ ਨਹੀਂ ਅਸੀਂ ਆਣਾ ਨਹੀਂਗਾ ਅਸੀਂ ਤੁਸੀਂ ਕਾਰਡ ਦੇਜੋ ਡੱਬਾ ਦੇਜੋ ਪਰ ਆਪਾਂ ਆਣਾ ਨਹੀਂ ਸਾਫ਼ ਗੱਲ ਹੈਗੀ ਮੁੜ ਕੇ ਆਈਏ ਨਾ ਤੁਸੀਂ ਕਹਿਣ ਕਿ ਆਈ ਨਹੀਂ ਮੈਂ ਕਿਹਾ ਇਹਨੇ ਆਪਾਂ ਘਰ ਖਾਲੀ ਨਹੀਂ ਛੱਡਦੇ ਮਤਲਬ ਕਿ ਸਾਫ਼ ਹੀ ਮਣਾ ਮੈਂ ਕਿਹਾ ਤੁਸੀਂ ਸਾਫ਼ ਹੀ ਮਣਾ ਕਰੀ ਜਾਂਦੇ ਪਏ ਹੋ ਤੇ ਕੋਈ ਬੰਦਾ ਪਾਣਾ ਲਾਦਾ ਕਹਿੰਦੇ ਮੈਂ ਪਾਣਾ ਲਾਂਦਾ ਤੁਸੀਂ ਕਹਿੰਣਾ ਸਾਬਣਾ ਕਰਦੇ ਪਾਣਾ ਕੋ ਲਾਂਦੇ ਹੋ